ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਹਾਜ਼ਰ ਹਾਂ ਬਹੁਤ ਹੀ ਵਿਸ਼ੇਸ਼ ਰਿਪੋਰਟ ਅਸੀਂ ਖੜੇ ਆ ਪਿੰਡ ਡੋਗਰਾਂ ਵਾਲਾ ਹਲਕਾ ਪੁਲੱਤ ਦੇ ਰਾਹ ਤੇ ਸਿੱਧਾ ਪਿੰਡ ਨੂੰ ਜਾਂਦਾ ਤੇ ਅਸੀਂ ਖਬਰ ਕਰਨ ਆਏ ਆ ਸੁਖਪਾਲ ਖੈਰਾਬਾਰੇ ਕਿਉਂਕਿ ਸਾਡੇ ਦਰਸ਼ਕਾਂ ਨੇ ਬਹੁਤ ਸਾਰੇ ਵਿਊਜ਼ ਕਈ ਦਿਨ ਤੋਂ ਭਾਰੇ ਸੀ ਕਿ ਜੀ ਪੰਜਾਬ ਦਸਤਾਵੇਜ਼ ਨੂੰ ਚਾਹੀਦਾ ਕੇ ਸੁਖਪਾਲ ਖੈਰੇ ਦਾ ਜਿਹੜਾ ਰੇੜਕਾ ਚੱਲ ਰਿਹਾ ਹੈ ਨਸ਼ੇ ਦੇ ਕੇਸ ਦੇ ਵਿੱਚ ਉਹਦੀ ਘੋਕ ਕਰਕੇ ਸਾਨੂੰ ਤੁਸੀਂ ਰਿਪੋਰਟ ਦਿਓ ਤੁਸੀਂ ਸਾਨੂੰ ਕਿਹਾ ਅਸੀਂ ਤੁਹਾਡਾ ਹੁਕਮ ਪ੍ਰਵਾਨ ਕੀਤਾ ਅੱਜ ਅਸੀਂ ਇੱਕ ਘੋਕ ਸ਼ੁਰੂ ਕਰਤੀ ਆ ਅਸੀਂ 2 ਦਿਨ ਦਾ ਟੂਰ ਬਣਾ ਕੇ ਆਏ ਇਹਦੇ ਵਿੱਚ ਅਸੀਂ ਕਰਨਾ ਕੀ ਕੀ ਹੈ ਤੁਹਾਨੂੰ ਦੱਸਾਂਗੇ ਪਿੰਡ ਦੇ ਵਿੱਚ ਰਣਜੀਤ ਕੌਰ ਜਿਹੜੀ ਕਿ ਸ਼ਿਕਾਇਤ ਕਰਤਾ ਜਿਹਦਾ ਪਰ ਚਾ ਦੂਜਾ ਦਰਜ ਕਰਾਇਆ ਹੁਣ ਤਾਜ਼ਾ ਉਹਦੇ ਨਾਲ ਗੱਲ ਕਰਾਂਗੇ ਉਹਦੇ ਘਰੇ ਜਾਵਾਂਗੇ ਫਿਰ ਅਸੀਂ ਜਿਹੜਾ ਥਾਣੇਦਾਰ ਹੈ ਸਬ ਇਨਸਪੈਕਟਰ ਬਲਜੀਤ ਸਿੰਘ ਪੁਲਿਸ ਸਟੇਸ਼ਨ ਸੁਬਾਨਪੁਰ ਉਹ ਵੀ ਨੇੜਈ ਆ ਉਹਨੂੰ ਮਿਲਾਂਗੇ ਤੇ ਫਿਰ ਅਸੀਂ ਉਹ ਤੋਂ ਬਾਅਦ ਐਸਐਸਪੀ ਸਾਹਿਬਾ ਮੈਡਮ ਵਾਚਲ ਗੁਪਤਾ ਨੂੰ ਮਿਲਾਂਗੇ ਪਿੰਡ ਦੇ ਲੋਕਾਂ ਨੂੰ ਵੀ ਮਿਲਾਂਗੇ ਕਿ ਉਹਨਾਂ ਦੀ ਓਪੀਨੀਅਨ ਕੀ ਆ ਫਿਰ ਆਪਣੀ ਜਿਹੜੀ ਤਜਰਬਾ ਕਹਿ ਲਓ ਉਹਦੀ ਘੋਖ ਕਰਕੇ ਤੁਹਾਨੂੰ ਬਿਲਕੁਲ ਐਗਜ਼ੈਕਟ ਰਿਪੋਰਟ ਦੇਾਂਗੇ ਤੇ ਨਾਲ ਇਹ ਵੀ ਦੱਸਾਂਗੇ ਜਿਵੇਂ ਸੁਖਪਾਲ ਖੈਰਾ ਨੇ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਇਸ ਕੇਸ ਨੂੰ ਰੱਦ ਕਰਾਉਣ ਲਈ ਕੁਐਸ਼ਿੰਗ ਪਟੀਸ਼ਨ ਪਾਈ ਆ ਉਹਦੇ ਲਈ ਅਸੀਂ ਜੇ ਕੋਈ ਜਾਂਚ ਹੁੰਦੀ ਆ ਨਿਰਪੱਖ ਸੀਬੀਆਈ ਉਹਨਾਂ ਜਿਵੇਂ ਖੈਰਾ ਸਾਹਿਬ ਮੰਗ ਕਰ ਰਹੇ ਆ ਉਹਦੇ ਵਿੱਚ ਅਸੀਂ ਸਹਿਯੋਗ ਵੀ ਦੇਾਂਗੇ ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਇਹੋ ਜੇ ਤੱਥ ਇਕੱਠੇ ਕਰਨ ਦੀ ਇਹੋ ਜੇ ਐਵਿਡੈਂਸਿਸ ਇਕੱਠੇ ਕਰਨ ਦੀ ਆਡੀਓ ਰਿਕਾਰਡਿੰਗਸ ਔਰ ਸਿਕਰੇਟ ਵੀਡੀਓ ਰਿਕਾਰਡਿੰਗਸ ਜਿਹੜੀਆਂ ਕਿ ਅਸੀਂ ਤਫਤੀਸ਼ ਦੇ ਵਿੱਚ ਦੇ ਦੇਾਂਗੇ ਹਲਪ ਕਰ ਦੇਾਂਗੇ ਤਾਂ ਕਿ ਸਚਾਈ ਤੱਕ ਪਹੁੰਚਿਆ ਜਾ ਸਕੇ ਸਾਨੂੰ ਹਾਲ ਦੀ ਘੜੀ ਨਹੀਂ ਪਤਾ ਕਿ ਪਰਚਾ ਸੱਚਾ ਕਿ ਝੂਠਾ ਪਰ ਅਸੀਂ ਇਹਦੀ ਕੋਕ ਕਰ ਰਹੇ ਹਾਂ ਦਰਸ਼ਕਾਂ ਦੇ ਕਹਿਣ ਤੇ ਬਾਕੀ ਦਾ ਜਿਹੜਾ ਤੁਹਾਨੂੰ ਅਸੀਂ ਸਾਰੀ ਆਪਣੀ ਇਨਵੈਸਟੀਗੇਸ਼ਨ ਸੁਣਾਉਣੀ ਆ ਉਹ ਅਸੀਂ ਸਟੂਡੀਓ ਦੇ ਵਿੱਚ ਬੈਠ ਕੇ ਪੁਆਇੰਟ ਵਾਈਜ਼ ਸੁਣਾਵਾਂਗੇ ਤੇ ਹੁਣ ਅਸੀਂ ਆਪਣੀ ਕਾਰਵਾਈ ਸ਼ੁਰੂ ਕਰਦੇ ਆ ਆਓ ਇਸ ਖਬਰ ਦੀ ਇਸ ਵਕੂਏ ਦੀ ਪਰਤਾਲ ਸ਼ੁਰੂ ਕਰੀਏ ਲੋ ਦੋਸਤੋ ਅਸੀਂ ਕਪੂਰਥਲੇ ਤੋਂ ਵਾਪਸ ਆਪਣੇ ਸਟੂਡੀਓ ਪਹੁੰਚ ਚੁੱਕੇ ਆ ਅੱਜ ਤੁਹਾਨੂੰ ਅਸੀਂ ਉਹ ਸਾਰੀ ਗੱਲਬਾਤ ਦੱਸਾਂਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਪਹਿਲਾ ਇਸ ਸਾਰੀ ਖਬਰ ਦਾ ਤੁਹਾਨੂੰ ਸੰਖੇਪ ਦੱਸਦੇ ਆ ਇਹ ਅਸੀਂ ਖਬਰ ਕੀਤੀ ਦਰਸ਼ਕਾਂ ਦੀ ਪੁਰਜ਼ੋਰ ਸਫਾਰਿਸ਼ ਤੇ ਤੇ ਫਿਰ ਹੁਣ ਜੋ ਸਾਡੇ ਸਾਹਮਣੇ ਆਇਆ ਤੁਹਾਨੂੰ ਦੱਸਦੇ ਆ ਕਪੂਰਥਾ ਦਾ ਪੁਲਿਸ ਨੇ ਸੁਖਪਾਲ ਖੈਰਾ ਦੇ ਵਿਰੁੱਧ ਜਨਵਰੀ 4 2024 ਨੂੰ ਇੱਕ ਨਵਾਂ ਪਰਚਾ ਦਰਜ ਕੀਤਾ ਅਸੀਂ ਆਪਣੀ ਕੋਖ ਦੌਰਾਨ ਪਾਇਆ ਕਿ ਸ਼ਿਕਾਇਤ ਕਰਤਾ ਰਣਜੀਤ ਕੌਰ 60 ਸਾਲ ਦੀ ਉਮਰ ਚ ਉਮਰ ਹੈ ਉਸ ਦੀ ਵਾਸੀ ਡੋਗਰਾਮ ਵਾਲਾ ਪੁਲਿਸ ਸਟੇਸ਼ਨ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ ਉਹ ਗਾਇਬ ਹੋ ਚੁੱਕੀ ਆ ਸ਼ੀ ਹੈਜ਼ ਗੋਨ ਮਿਸਿੰਗ ਫਰਮ ਹਰ ਰੈਜ਼ਿਡੈਂਸ ਉਸ ਦੇ ਬੇਚੇ ਬਲਦੇਵ ਸਿੰਘ ਉਹਦੀ ਨੂੰ ਰਾਣੀ ਕੌਰ ਨੂੰ ਕੋਈ ਪਤਾ ਨਹੀਂ ਕਿ ਸਾਡੀ ਬੇਬੇ ਗਈ ਕਿੱਥੇ ਉਹਨਾਂ ਨੂੰ ਖੈਰ ਇਹ ਵੀ ਪਤਾ ਨਹੀਂ ਕਿ ਸਾਡੀ ਮਾਤਾ ਨੇ ਰਣਜੀਤ ਕੌਰ ਨੇ ਸੁਖਪਾਲ ਖੈਰਾ ਦੇ ਵਿਰੁੱਧ ਕੋਈ ਸ਼ਿਕਾਇਤ ਕੀਤੀ ਆ ਤੇ ਉਸ ਕਾਰਨ ਸੁਖਪਾਲ ਖੈਰਾ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਇਹਦੀ ਜਾਣਕਾਰੀ ਇਸ ਪਰਿਵਾਰ ਨੂੰ ਅਜੇ ਤੱਕ ਨਹੀਂ ਸੀ ਉਹਨਾਂ ਨੂੰ ਅਕਤੂਬਰ 15 2023 ਨੂੰ ਉਹਨਾਂ ਦੇ ਘਰੇ ਜੋ ਵਕੂਆ ਹੋਇਆ ਜਿਸ ਦੇ ਬਾਰੇ ਰਣਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸੁਖਪਾਲ ਖੈਰਾ ਦੇ ਬੰਦਿਆਂ ਨੇ ਆ ਕੇ ਉਹਨਾਂ ਨੂੰ ਧਮਕਾਇਆ ਕਿ ਤੁਸੀਂ ਸ਼ਿਕਾਇਤ ਜਿਹੜੀ ਹੈਗੀ ਆ ਕਸ਼ਮੀਰ ਸਿੰਘ ਦਾ ਜਿਹੜਾ ਬਿਆਨ ਹੈ ਉਹ ਵਾਪਸ ਦਿਵਾਓ ਉਸ ਕਿਹੜੀ ਕੋਰਟ ਤੋਂ ਫਾਜ਼ਿਲਕਾਰੀ ਕੋਰਟ ਤੋਂ ਐਫ ਆਈ ਆਰ ਨੰਬਰ 35 ਡੇਟਡ 5 3 2015 ਪੁਲਿਸ ਸਟੇਸ਼ਨ ਜਲਾਲਾਬਾਦ ਲਓ ਹੁਣ ਤੁਸੀਂ ਆ ਵੀਡੀਓ ਰਿਕਾਰਡਿੰਗ ਸੁਣੋ ਜਿੱਥੇ ਸਾਡੀ ਗੱਲਬਾਤ ਰਾਣੀ ਕੌਰ ਨਾਲ ਹੋ ਰਹੀ ਹੈ ਪਾਲ ਖੈਰ ਰੋਲਾ ਪਈ ਜਾਂਦਾ ਮੈਂ ਉਹ ਮੈਂ ਇਸੇ ਕਰਕੇ ਆਂ ਜੀ ਬਈ ਮੈਨੂੰ ਦੱਸੋ ਆਪਾਂ ਇਹ ਚੀਜ਼ ਨੂੰ ਸੱਚਾਈ ਕੀ ਆ ਠੀਕ ਹਾਂ ਆਪਾਂ ਜੇ ਮਦਦ ਹੋ ਸਕਦੀ ਹੈ ਕਰਾਂਗੇ ਰਣਜੀਤ ਘਰ ਆ ਗਈ ਯਾਰ ਕਿੱਥੇ ਬੋਲਾ ਦਿਓ ਉਹ ਅੱਗੇ ਨਹੀਂ ਆਉਗੀ ਫੋਨ ਫੋਨ ਨੰਬਰ ਦੇ ਦਿਓ ਮੈਂ ਫੋਨ ਕਰ ਲਵਾਂ ਤੁਸੀਂ ਕੀ ਲੱਗਦੇ ਹੋ ਜੀ ਮੈਂ ਨਾ ਲੱਗਦੀ ਹਾਂ ਇਹ ਨਾ ਲੱਗਦਾ ਹਾਂਜੀ ਤੇ ਉਹ ਕਾਕੇ ਦਾ ਕੀ ਨਾ ਹੁੰਦਾ ਕਿਹੜੇ ਕਾਕੇ ਨਾ ਨਾ ਜਿਹੜੇ ਤੁਸੀਂ ਘਰ ਵਾਲੀ ਹੋ ਵੇਰੇ ਕਰਦੇ ਦਾ ਨਾ ਹਾਂਜੀ ਹਾਂਜੀ ਬਲਦੇਵ ਸਿੰਘ ਬਲਦੇ ਉਹ ਮੰਦ ਕੇ ਬੀਬੀ ਜੀ ਦਾ ਬੇਟਾ ਹਾਂਜੀ ਅੱਛਾ ਉਹ ਕਿਤੇ ਗਏ ਨੇ ਨਾ ਫਿਰ ਘਰ ਹੈ ਹੈ ਘਰ ਆ ਨਹੀਂ ਗਏ ਬੁਲਾ ਲਓ ਜਿੱਥੇ ਹੈਗੇ ਉੱਥੇ ਚੱਲਦੇ ਆਂ ਲੈ ਆਉਂਦੇ ਹਰੇ ਕੋ ਗੱਡੀ ਹੈਗੀ ਗੱਲਬਾਤ ਕਰਨੀ ਆਪਾਂ ਕਹਿੰਦਾ ਤੁਸੀਂ ਆਦਾ ਨੰਬਰ ਦੇ ਜੋ ਕੱਲ ਮੰਗਾ ਲਾਂਗੇ ਐ ਨਾ ਕੋਈ ਤਾਂ ਮੁੜਨਾ ਹੈ ਵਾਪਸ ਚੰਡੀਗੜ੍ਹ ਰਾਂਦੀ ਬਾਹ ਚੰਡੀਗੜ੍ਹ ਤੋਂ ਆਏ ਉਹ ਚੰਡੀਗੜ੍ਹੋਂ ਆਏ ਜੀ ਤਾਂ ਕੋਈ ਨਾ ਮੰਮੀ ਚੰਡੀਗੜ੍ਹ ਲੈ ਆਂਗੇ ਨਾ ਚੰਡੀਗੜ੍ਹ ਕਿੱਥੇ ਦਾ ਕੋ ਕਿੱਥੇ ਆ ਹੁੰਦਾ ਇੱਕ ਪੁੱਲਾ ਅਸੀਂ ਆਇਆ ਹਾਂ ਨਹੀਂ ਤੁਸੀਂ ਲੈ ਕੇ ਦੇਜੋ ਨੰਬਰ ਪਹੁੰਚਾਵਾਂਗੇ ਨਹੀਂ ਮੈਂ ਨੰਬਰ ਸਾਲ ਕੋ ਦੇ ਕੇ ਜਾਉਂ ਹਾਂ ਪਹੁੰਚਾਵਾਂਗੇ ਆਪਾਂ ਬਲਦੇਵ ਦਾ ਹੀ ਮਲਾ ਦਿਓ ਹਾਂਜੀ ਬਲਦੇਵ ਤਾਂ ਹੋਊ ਜਾਂ ਥੋੜਾ ਹਸਬੰਡ ਘਰ ਉਹਦਾ ਮਲਾ ਦਿਓ ਹਾਂਜੀ ਮਲਾ ਦਿਓ ਮੜ ਜੀ ਚਾਹ ਪਿਆ ਦੇਣਾ ਸਾਨੂੰ ਨਹੀਂ ਚਾਹ ਖਵਾਵਾਂਗੇ ਰੋਟੀ ਘਰ ਤੇ ਰੋਟੀ ਖਾਣੇ ਫਿੱਕੀ ਚਾਹ ਪੀਣਾ ਜੀ ਮੈਨੂੰ ਸ਼ੁਕਰ ਆ ਦੁੱਧ ਘੱਟ ਪਾਇਓ ਜੀ ਬਸ ਪੱਤੀ ਤੇਜ ਦੁੱਧ ਘੱਟ ਹਾਂਜੀ 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 ਕਹਿੰਦੇ ਦੁੱਧ ਜ਼ਿਆਦਾ ਪੀਂਦੇ ਉਹ ਪਿੰਨਾਂ ਪੀਂਦੇ ਦੁੱਧ ਸਾਡੇ ਸ਼ਹਿਰਾਂ ਅਜ ਤਾਂ ਪੱਤੀ ਵਾਲੀ ਪੀਂਦੇ ਸੀ ਤਾਂ ਮੋਰਵੀ ਕਾਕਾ ਕਿਹੜੀ ਜਮਾਤ ਚੋਂ ਓਏ ਛੋਟੇ ਤੂੰ ਕੁੜੀ ਕਿਹੜੀ ਜਮਾਤ ਚ ਹੈ ਹਾਂ ਕਲਾਸ ਕਿਹੜੀ ਕਲਾਸ ਚ ਹੈ ਪਹਿਲੀ ਚ ਪਹਿਲੀ ਚ ਕਿਹੜੇ ਸਕੂਲ ਚ ਆਪਣੀ ਚ ਪਿੰਡ ਚ ਆ ਤੂੰ ਵੀ ਸਕੂਲ ਚ ਹੈ ਹਾਂ ਕਿਹਨਾਂ ਤੂੰ ਆਂਗਣਾ ਵੜੀ ਗਿਆ ਅਛਾ ਅਛਾ ਸੱਚੀ ਗੱਲ ਦੀ ਸੱਚੀ ਗੱਲ ਲਓ ਪੈਣ ਜੀ ਸਮਝ ਲਿਖ ਕੇ ਦੇ ਆਪਦਾ ਨੰਬਰ ਲਿਖ ਕੇ ਦੇ ਕਹਿੰਦਾ ਲਿਖ ਕੇ ਮੈਂ ਮੱਝਾ ਹਾਂ ਉਹ ਮਿਲ ਕੇ ਆਂਦੀ ਹਾਂ ਮਿਲ ਕੇ ਜਾ ਹਾਂ ਜਿਹੜੇ ਕੰਮ ਆ ਉਹ ਕਰਕੇ ਜਾਵਾਂ ਹੈ ਬਾਪੂ ਠੀਕ ਨਹੀਂ ਹੈਗਾ ਤੇ ਆਇਆ ਨਹੀਂ ਬਾਪੂ ਨਹੀਂ ਤੁਹਾਡੇ ਉਹ ਤੁਹਾਡੇ ਹਜ਼ਮਣ ਦੀ ਗੱਲ ਕਰਦਾ ਹਸਬੰਦ ਹੈ ਹੈਗੀ ਆ ਤੁਸੀਂ ਮੈਨੂੰ ਦੱਸੋ ਬੈਠੋ 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 ਤੂੰ ਵੀ ਭੇਜੋਗੇ ਜਾਂ ਕੋਣ ਬਣਾਉਂਗਾ ਕੋਈ ਤਾਂ ਨਹੀਂ ਆ ਮਮੀ ਉੱਥੇ ਰਹਿਆ ਉੱਥੇ ਕਿੰਨੂੰ ਆਉਣਾ ਉੱਥੇ ਨਹੀਂ ਘੁਮਾਉਂਦਾ ਐਨੀ ਦੂਰ ਅਸੀਂ ਤਾਂ ਆਉਣ ਜਾਣ ਦਾ ਮਿਲ ਕੇ ਹੀ ਆ ਤੇ ਭਾਵੇਂ ਸਾਨੂੰ ਘੰਟੇ ਨੂੰ ਬੁਲਾਓ 2:00 ਨੂੰ ਬੁਲਾਓ 4:00 ਨੂੰ ਬੁਲਾਓ ਰਾਤੀ 1:00 ਵਜੇ ਬੁਲਾਓ 2:00 ਵਜੇ ਮਿੱਕੀ ਵੀ ਜ਼ਿਆਦਾ ਕੋਈ ਚੱਕਰ ਮੈਂ ਦੱਸਦਾ ਭੈਣ ਜੀ ਮੈਂ ਦੱਸ ਹਾਂਜੀ ਦੱਸ ਦਊਗਾ ਉਹ ਕਾਕੇ ਮੁੰਡੇ ਨੂੰ ਬੁਲਾਓ ਜਦ ਛੇਤੀ ਸਮਝਾ ਉਹ ਜਿਹੜਾ ਕਾਕਾ ਖੜਾ ਦਿੱਤੀ ਉਹ ਵੀ ਤਾਂ ਵੇਖਣ ਗਈਆਂ ਐ ਨਹੀਂ ਪਤਾ ਨਹੀਂ ਅੱਛਾ ਮੈਂ ਐ ਹਾਂ ਮੇਰੇ ਜਨੂ ਦੇ ਕੋਈ ਫਰਕ ਨਹੀਂ ਆ ਬਿਬਾ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਸੋਹਣਾ ਸਾਹਿਬ ਨੇ ਉਹਨਾਂ ਤੇ ਕਈ ਕੇਸ ਬਣਾਤੀ ਪੁੱਤ ਨੇ ਹਾਂਜੀ ਹਾਂਜੀ ਇਹਨਾਂ ਜਾਇਦ ਵੀ ਬੜੇ ਮੈਂ ਕਿਹਾ ਜੀ ਇਹ ਇੰਨੀ ਕੀ ਗੱਲ ਦਾ ਇੰਨੀ ਬਣਾਤੀ ਹਾਂਜੀ ਬਣਾਤੀ ਤੇ ਬਣਾਤੀ ਆਓ ਹੁਣ ਤੁਹਾਨੂੰ ਖਬਰ ਸੁਣਾਉਣਿਆਂ ਵਿਸਤਾਰ ਦੇ ਵਿੱਚ ਸਭ ਤੋਂ ਪਹਿਲਾਂ ਸਪਸ਼ਟ ਕਰਨਾ ਚਾਹੁੰਦਾ ਆਈ ਐਮ ਨੋ ਫਾਇਨ ਆਫ ਸੁਖਪਾਲ ਖੈਰਸ ਪੋਲਟਿਕਸ ਮੈਂ ਸੁਖਪਾਲ ਖੈਰਾ ਦੀ ਸਿਆਸਤ ਦਾ ਕੋਈ ਪ੍ਰਸ਼ਾਂਸਕ ਨਹੀਂ ਉਹਨਾਂ ਦਾ ਜਿਹੜਾ ਰੁਖ ਟੂਵਰਡਸ ਰੈਡੀਕਲਸ ਯਾਨੀ ਕਿ ਸੌਫਟ ਟੂਵਰਡਸ ਖਾਲਸਤਾਨੀ ਐਲੀਮੈਂਟਸ ਉਹ ਮੈਂ ਸਹਿਮਤ ਨਹੀਂ ਹ ਉਸਦੇ ਨਾਲ ਪਰ ਜਿੱਥੋਂ ਤੱਕ ਖਬਰ ਦਾ ਤਾਲੁਕ ਹੈ ਜਿੱਥੇ ਤੱਕ ਮੀਡੀਆ ਦੇ ਵਿੱਚ ਉਹਨਾਂ ਬਾਰੇ ਜੋ ਗੱਲਾਂ ਆ ਰਹੀਆਂ ਸੀ ਸਾਨੂੰ ਉਹਦੇ ਵਿੱਚ ਨਿਊਜ਼ ਵੈਲਿਊ ਨਜ਼ਰ ਆਈ ਅਤੇ ਸਾਡੇ ਦਰਸ਼ਕਾਂ ਨੇ ਸਾਨੂੰ ਕਮੈਂਟਸ ਪਾ ਕੇ ਕਿਹਾ ਕਿ ਖੈਰਾ ਸਾਹਿਬ ਦੇ ਬਾਰੇ ਤੁਸੀਂ ਜ਼ਰੂਰ ਵੀਡੀਓ ਬਣਾਓ ਸੋ ਉਸ ਨੂੰ ਮਤੇ ਨਜ਼ਰ ਰੱਖਦੇ ਹੋਏ ਅਸੀਂ ਇਹ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਰਣਜੀਤ ਕੌਰ ਵਾਈਫ ਆਫ ਕਸ਼ਮੀਰ ਸਿੰਘ ਰੈਜ਼ੀਡੈਂਟ ਆਫ ਡੋਗਰ ਵਾਲਾ ਵਿਲੇਜ ਜ਼ਿਲ੍ਹਾ ਕਪੂਰਥਲਾ ਦੀ ਸ਼ਿਕਾਇਤ ਐਸਐਸਪੀ ਮੈਡਮ ਵਕਤ ਸਲਾ ਗੁਪਤਾ ਜੀ ਕੋਲ ਪਹੁੰਚੀ ਤੇ ਉਹਨਾਂ ਨੇ ਇਹ ਮਾਰਕ ਕੀਤੀ ਪੁਲਿਸ ਸਟੇਸ਼ਨ ਸੁਭਾਨਪੁਰ ਨੂੰ ਜਿੱਥੇ ਸਬ ਇੰਸਪੈਕਟਰ ਬਲਜੀਤ ਸਿੰਘ ਇਹਦਾ ਆਈਓ ਬਣਿਆ ਯਾਨੀ ਕਿ ਇਨਵੈਸਟੀਗੇਟਿੰਗ ਆਫੀਸਰ ਬਣਿਆ ਇਨਕੁਆਰੀ ਹੋਈ ਤੇ ਪ੍ਰਾਇਮ ਆਫਿਸਾਇਰ ਮੁਰਲੇ ਤੌਰ ਤੇ ਸਬ ਇਨਸਪੈਕਟਰ ਬਲਜੀਤ ਸਿੰਘ ਨੇ ਇਸ ਸ਼ਿਕਾਇਤ ਨੂੰ ਸਹੀ ਪਾਇਆ ਤੇ ਫਿਰ ਐਸਐਸਪੀ ਮੈਡਮ ਨੇ ਇਸ ਮੁਰਲੀ ਜਾਂਚ ਤੋਂ ਬਾਅਦ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਪਰਚਾ ਦਰਜ ਹੋਇਆ ਜੀ ਐਫਆਈਆਰ ਨੰਬਰ 3 ਡੇਟਡ 4124 ਰਾਤੀ 3 ਵਜੇ ਪਰਚਾ ਦਰਜ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੇਰ ਤੱਕ ਪੁਲਿਸ ਮਿਹਨਤ ਕਰਦੀ ਰਹੀ ਬਹੁਤ ਹਾਰਡ ਵਰਕ ਪੁਲਿਸ ਨੇ ਕੀਤਾ ਸੁਖਪਾਲ ਖੈਰਾ ਉਸ ਵਕਤ ਨਾਬਾ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਹਨਾਂ ਦੇ ਵਿਰੁੱਧ ਮਾਮਲਾ ਇੱਕ ਹੋਰ ਚੱਲ ਰਿਹਾ ਸੀ ਉਹ ਸੀ ਮਾਮਲਾ ਐਫ ਆਈ ਆਰ ਨੰਬਰ 35 ਡੇਟਡ 5 3 2015 ਪੁਲਿਸ ਸਟੇਸ਼ਨ ਜਲਾਲਾਬਾਦ ਤੇ ਉਹਦੇ ਵਿੱਚ ਇੱਕ ਗਵਾਹੀ ਪੇਸ਼ ਹੁੰਦੀ ਆ ਉਗਵਾਹੀ ਕਿਹੜੀ ਤਰੀਕ ਨੂੰ ਹੁੰਦੀ ਹੈ ਸਾਰਾ ਤੁਹਾਨੂੰ ਵਿਸਤਾਰ ਅਗੇ ਚੱਲ ਕੇ ਦੱਸ ਦਿਆਂ ਤੇ ਜਦੋਂ ਇਹ ਪਰਚਾ ਸੁਬਾਨਪੁਰ ਪੁਲਿਸ ਸਟੇਸ਼ਨ 'ਚ ਦਰਜ ਹੋ ਗਿਆ ਤਾਂ ਡੀਐਸਪੀ ਆਰ ਪ੍ਰੀਤ ਸਿੰਘ ਆਪਣੀ ਫੋਰਸ ਲੈ ਕੇ ਨਾਬਾ ਜੇਲ੍ਹ ਦੇ ਵਿੱਚ ਪਹੁੰਚ ਗਿਆ ਨਾਬਾ ਜੇਲ੍ਹ ਦੇ ਵਿੱਚੋਂ 4 ਤਰੀਕ ਨੂੰ ਮਿਸਟਰ ਖਾਰਾ ਨੂੰ ਰਿਹਾ ਕੀਤਾ ਜਾਣਾ ਸੀ ਕਿਉਂਕਿ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਸੀ ਨਾਲ ਦੀ ਨਾਲ ਉਹਨਾਂ ਦੀ ਦੁਬਾਰਾ ਗ੍ਰਿਫਤਾਰੀ ਪਾਈ ਗਈ ਰੀ ਅਰੈਸਟਡ ਓਨ ਦ ਸੇਮ ਡੇ ਹੁਣ ਆਉਂਦੇ ਗੱਲ ਕਰਦੇ ਆਂ ਜੀ ਜਿਹੜੀ ਐਫ ਆਈ ਆਰ ਨੰਬਰ 3 ਡੇਟਡ 4124 ਪੁਲਿਸ ਸਟੇਸ਼ਨ ਸੁਬਾਨਪੁਰ ਦੇ ਵਿੱਚ ਲਿਖਿਆ ਕੀ ਆ ਉਹ ਐਫ ਆਈ ਆਰ ਦੇ ਵਿੱਚ ਡਿਟੇਲ ਕੀ ਆ ਰঞ্জੀਤ ਕੌਰ ਕਹਿੰਦੀ ਕੀ ਆ ਉਹ ਕਹਿੰਦੀ ਆ ਜੀ ਕਿ 15 10 23 ਨੂੰ ਮਤਲਬ ਅਕਤੂਬਰ 15 2023 ਨੂੰ ਦੋ ਨਕਾਬਪੋਸ਼ ਬੰਦੇ ਸਾਡੇ ਘਰੇ ਵੜ ਗਏ ਉਹਨਾਂ ਨੇ ਆ ਕੇ ਸਾਨੂੰ ਧਮਕਾਇਆ ਤੇ ਕਿਹਾ ਕਿ ਕਸ਼ਮੀਰ ਸਿੰਘ ਆਪਣੇ ਘਰ ਵਾਲੇ ਨੂੰ ਕਹਿ ਕੇ ਖੈਰਾ ਸਾਹਿਬ ਦੇ ਵਿਰੁੱਧ ਜਿਹੜਾ ਬਿਆਨ ਦਿੱਤਾ ਉਹ ਵਾਪਸ ਲੈ ਲਵੇ ਤੇ ਇਹੋ ਜੀ ਧਮਕੀ ਦੇ ਕੇ ਉਹ ਚਲੇ ਗਏ ਖੈਰ ਬਾਅਦ ਵਿੱਚ ਅਦਾਲਤ 'ਚ ਇਹ ਵੀ ਕਿਹਾ ਗਿਆ ਸਰਕਾਰੀ ਵਕੀਲ ਕੋਲ ਕਿ ਨਾ ਦੋ ਨਕਾਬ ਕੋਸ਼ ਲੋਕਾਂ ਕੋਲ ਮੁੰਡਿਆਂ ਕੋਲ ਹਥਿਆਰ ਸੀ ਰਵੋਲਵਰ ਸੀ ਉਹ ਦਿਖਾਇਆ ਗਿਆ ਪਰਚੇ ਦੇ ਵਿੱਚ ਲਿਖਿਆ ਨਹੀਂ ਹੋਇਆ ਖੈਰ ਅੱਗੇ ਰਣਜੀਤ ਕੌਰ ਕਹਿੰਦੀ ਹੈ ਜੀ 22 10 23 ਨੂੰ ਇੱਕ ਫੋਨ ਆਉਂਦਾ ਦੇ ਉਹ ਫੋਨ ਦੇ ਵਿੱਚ ਫੇਰ ਉਹੀ ਗੱਲ ਦਰਾਈ ਜਾਂਦੀ ਆ ਤੁਹਾਡਾ ਸਾਰਾ ਟੱਬਰ ਮਾਰ ਦੇਾਂਗੇ ਜੇ ਤੁਸੀਂ ਸੁਖਪਾਲ ਖੈਰਾ ਦੇ ਵਿਰੁੱਧ ਕਸ਼ਮੀਰ ਸਿੰਘ ਵੱਲੋਂ ਦਿੱਤਾ ਬਿਆਨ ਵਾਪਸ ਨਾ ਕਰਵਾਇਆ ਤਾਂ ਫੇਰ ਇਹ ਫੋਨ ਆਉਂਦਾ ਕਿਹੜੇ ਨੰਬਰ ਤੋਂ ਉਹ ਹੈ ਜੀ 9412816402 ਦੁਬਾਰਾ ਪੜ੍ਹ ਦਿੰਨਾ 94 12 81 ਜੋਟ 02 ਇਸ ਫੋਨ ਨੰਬਰ ਤੋਂ ਫੋਨ ਆਉਂਦਾ ਧਮਕੀ ਦਰਾਈ ਜਾਂਦੀ ਆ ਇਹ ਰਣਜੀਤ ਕੌਰ ਦਾ ਬਿਆਨ ਪੁਲਿਸ ਦੇ ਕੋਲ ਦਰਜ ਹੁਦਾ ਤੇ ਫਿਰ ਜਿਹੜਾ ਬਿਆਨ ਕਸ਼ਮੀਰ ਸਿੰਘ ਦੀ ਗੱਲ ਹੋ ਰਹੀ ਆ ਉਹ ਹੈਗੀ ਆ ਜੀ ਐਫ ਆਈ ਆਰ ਨੰਬਰ 35 ਡੇਟਡ 5 3 2015 ਦਾ ਕੇਸ ਕਿਸ ਵਕਤ ਦਾ ਕੇਸ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਆ ਇਹਦੇ ਦਰਮਿਆਨ ਕੈਪਟਨ ਅਮਰਿੰਦਰ ਦੀ ਸਰਕਾਰ ਵੀ ਰਹਿ ਗਈ ਤੇ ਉਹਦੇ ਵਿੱਚ ਵੀ ਫਿਰ ਸੁਖਪਾਲ ਖੈਰਾ ਦੀ ਖਿੱਚ ਤੂੰ ਚੱਲਦੀ ਰਹੀ ਖਿੱਚ ਤੂੰ ਸ਼ੁਰੂ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਕਿਉਂਕਿ ਇੱਕ ਰੈਬੈਲਿਅਸ ਤਬੀਅਤ ਦਾ ਇਹ ਨੇਤਾ ਤੇ ਕਾਫੀ ਐਕਟਿਵ ਆ ਸਿਆਸਤ ਦੇ ਵਿੱਚ ਤੇ ਬੋਲਣੋਂ ਘਬਰਾਉਂਦਾ ਨਹੀਂ ਕਾਫੀ ਵਾਰੀ ਤਾਂ ਸੱਚ ਹੀ ਬੋਲਦਾ ਤੇ ਉਹਦੇ ਨਾਲ ਹੁੰਦਾ ਕੀ ਆ ਬੁਸ਼ਵਨ ਪੈਦਾ ਹੋ ਜਾਂਦੇ ਸਿਆਸੀ ਤੌਰ ਤੇ ਦੇ ਫੇਰ ਉਹ ਭੁਗਤਾਨ ਕਰਨਾ ਪੈ ਜਾਂਦਾ ਜਿਵੇਂ ਸੁਖਪਾਲ ਖੈਰਾ ਨੂੰ ਕਰਨਾ ਪੈ ਰਿਹਾ ਥੋੜਾ ਜਿਆ ਤੁਹਾਨੂੰ ਐਫ ਆਈ ਆਰ ਨੰਬਰ 35 ਪੁਲਿਸ ਸਟੇਸ਼ਨ ਜਲਾਲਾਬਾਦ ਬਾਰੇ ਦੱਸਦਣੇ ਹੈ ਇਹਦੇ ਵਿੱਚ ਕਾਫੀ ਲੋਕਾਂ ਨੂੰ ਕਰੀਬ 9 ਦੇ ਲੋਕਾਂ ਨੂੰ ਕੈਦ ਹੋ ਚੁੱਕੀ ਆ ਗੁਰਦੇਵ ਸਿੰਘ ਉਹਦੇ ਵਿੱਚ ਸ਼ਾਮਲ ਗੁਰਦੇਵ ਸਿੰਘ ਦਾ ਸੰਪਰਕ ਸੁਖਪਾਲ ਖੈਰਾ ਦਾ ਹੁੰਦਾ ਕਿਉਂਕਿ ਉਹਦੇ ਹਲਕੇ ਪੁਧੱਤ ਦਾ ਹੁੰਦਾ ਤੇ ਟੈਲੀਫੋਨ ਤੇ ਗੱਲਬਾਤ ਹੁੰਦੀ ਆ ਤੇ ਉਹ ਐਨ ਡੀ ਪੀ ਐਸ ਐਕਟ ਡਰਗਸ ਦੇ ਮਾਮਲੇ 'ਚ ਫਸ ਜਾਂਦਾ ਹੈ ਤੇ ਫਿਰ ਪੁਲਿਸ ਲਿੰਕ ਕਰਦੀ ਆ ਸੁਖਪਾਲ ਖੈਰਾ ਨੂੰ ਉਹਦੇ ਨਾਲ ਇੱਕ ਐਸਆਈਟੀ ਬਣਦੀ ਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੇ ਉਹ 2017 'ਚ ਇੱਕ ਰਿਪੋਰਟ ਦਿੰਦੀ ਆ ਉਹ ਰਿਪੋਰਟ ਕਾਫੀ ਸਮਾਂ ਪਈ ਰਹਿੰਦੀ ਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਲਿਟੀਗੇਸ਼ਨ ਸ਼ੁਰੂ ਹੋ ਜਾਂਦੀ ਆ ਤੇ ਕੁਝ ਹੋਰ ਕਾਰਨਾ ਕਰਕੇ ਉਸ ਰਿਪੋਰਟ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਖੈਰ ਹੁਣ ਉਸ ਰਿਪੋਰਟ ਨੂੰ ਕੱਢ ਕੇ ਕਾਰਵਾਈ ਕੀਤੀ ਗਈ ਆ ਪੰਜਾਬ ਦਸਤਾਵੇਜ਼ ਨੇ ਐਫ ਆਈ ਆਰ ਚ ਦਿੱਤੇ ਫੋਨ ਨੰਬਰ ਤੇ ਜਿਹੜੀ ਐਫ ਆਈ ਆਰ ਨੰਬਰ 3 ਡੇਟਡ 412024 ਆ ਉਹਦੇ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਗੋਂ ਟ्रू ਕਾਲਰ ਜਿਹੜਾ ਸਾਫਟਵੇਅਰ ਆ ਉਹਨੇ ਸਾਡ ਨੂੰ ਦੱਸਿਆ ਕਿ ਇਹ ਸਪੈਮ ਨੰਬਰ ਹੈ ਜੀ ਤੇ ਨੰਬਰ ਹੁਣ ਚੱਲਦਾ ਨਹੀਂ ਉਹਦੇ ਉੱਤੇ ਇੱਕ ਲਾਲ ਡੱਬੀ ਆਈ ਫੋਨ ਤੇ ਉਹਦੇ ਉੱਤੇ ਲਿਖਿਆ ਸੀ ਵਰਕ ਪਰਮਿਟ ਯਾਨੀ ਕਿ ਇਹ ਫੋਨ ਤੇ ਵਰਕ ਪਰਮਿਟ ਨਾਲ ਗੱਲਾਂ ਸੰਬੰਧੀ ਗੱਲਾਂ ਹੁੰਦੀਆਂ ਨੇ ਯਾਨੀ ਕਿ ਲੋਕ ਜਿਹੜੇ ਕੋਈ ਬਾਹਰ ਜਾਣਾ ਚਾਹੁੰਦੇ ਹੋਣਗੇ ਵਰਕ ਪਰਮਿਟ ਲੈਣਾ ਚਾਹੁੰਦੇ ਹੋਣਗੇ ਉਹ ਇਸ ਫੋਨ ਨੰਬਰ ਤੇ ਸੰਪਰਕ ਕਰਦੇ ਸੀ ਖੈਰ ਇਹ ਫੋਨ ਹੁਣ ਬੰਦ ਹੋ ਚੁੱਕਿਆ ਹੈ ਇਸ ਦੇ ਬਾਰੇ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜੜੀਆਂ ਟੈਲੀਕਮ ਕੰਪਨੀ ਐ ਉਹਨਾਂ ਨੂੰ ਈਮੇਲਸ ਕਰ ਰਹੇ ਹਾਂ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਟੈਲੀਫੋਨ ਨੰਬਰ ਦਾ SIM ਕਿਹਦੇ ਨਾਂ ਤੇ ਅਲਾਟ ਕੀਤਾ ਗਿਆ ਸੀ ਹੋ ਸਕਦਾ ਆਉਣ ਵਾਲੇ ਦਿਨਾਂ ਚ ਸਾਨੂੰ ਜਾਣਕਾਰੀ ਮਿਲ ਜੇ ਤੇ ਉਹਦੀ ਫਿਰ ਤੁਹਾਨੂੰ ਅਸੀਂ ਰਿਪੋਰਟ ਵੱਖਰੀ ਬਣਾ ਕੇ ਸੁਣਾਵਾਂਗੇ ਕੋ ਦੋਸਤੋ ਉਸ ਤੋਂ ਬਾਅਦ ਅਸੀਂ ਪਿੰਡ ਡੋਗਰਾਵਾਂ ਵਾਲਾ ਪਹੁੰਚੇ ਤੇ ਫਿਰ ਗੱਲਬਾਤ ਕੀਤੀ ਅਸੀਂ ਰஞ்சிਤ ਕੌਰ ਦੀ ਨੂੰ ਰਾਣੀ ਕੌਰ ਨਾਲ ਉਹਨਾਂ ਦੀ ਰਿਸ਼ਤੇਦਾਰ ਬੀਏ ਪਾਸ ਕੁੜੀ ਪਿੰਡ ਚ ਕੱਲੀ ਆ ਬਲਵੀਰ ਕੌਰ ਰਾਏ ਸਿੱਖਾਂ ਦੀ ਕੁੜੀ ਇਸ ਕਮਿਟੀ ਦੇ ਵਿੱਚ ਪਹਿਲੀ ਬੀਏ ਪਾਸ ਕੁੜੀ ਡੋਗਰਾ ਵਾਲੇ ਦੀ ਤੇ ਫਿਰ ਨਾਲ ਇੱਕ ਅਨਪੜ ਮਾਤਾ ਜੀ ਦਾ ਨਾਂ ਵੀਰ ਕੌਰ ਹੈ ਉਹਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਬੱਚੇ ਮੌਸੀ ਉੱਤੇ ਖੇਡ ਰਹੇ ਸੀ ਤੇ ਰਾਣੀ ਕੌਰ ਦਾ ਪਰਿਵਾਰ ਚੰਗਾ ਚੋਖਾ ਚਾਰ ਬੱਚੇ ਤੇ ਫਿਰ ਅਸੀਂ ਉੱਥੇ ਚਾਹ ਦਾ ਸੇਵਨ ਕੀਤਾ ਬੜੀਆਂ ਮਿੱਠੀਆਂ ਗੱਲਾਂ ਸਾਡੇ ਨਾਲ ਕੀਤੀਆਂ ਤੁਹਾਨੂੰ ਇਹਦੇ ਕੁਝ ਅੰਸ਼ ਅਸੀਂ ਪਹਿਲਾਂ ਵਿਖਾ ਚੁੱਕੇ ਹਾਂ ਕੋਸ਼ਿਸ਼ ਕਰਾਂਗੇ ਥੋੜੇ ਜਿਹਾ ਅੰਸ਼ ਤੁਹਾਨੂੰ ਹੋਰ ਵਿਖਾ ਦਈਏ ਤੇ ਫਿਰ ਅਸੀਂ ਉਹ ਤੋਂ ਬਾਅਦ ਅੱਗੇ ਗੱਲ ਤੋਰੀ ਤੇ ਅਸੀਂ ਜਦੋਂ ਪੁੱਛਿਆ ਕਿ ਰਣਜੀਤ ਕੌਰ ਨਾਲ ਸਾਡਾ ਸੰਪਰਕ ਕਰਾ ਦਿਓ ਟੈਲੀਫੋਨ ਤੇ ਗੱਲ ਕਰਾ ਦਿਓ ਤੇ ਸਾਨੂੰ ਦੱਸਿਆ ਗਿਆ ਕਿ ਰਣਜੀਤ ਕੌਰ ਤਾਂ ਕਈ ਦਿਨਾਂ ਤੋਂ ਪਿੰਡੋਂ ਆਕਰੋਂ ਜਾ ਚੁੱਕੀ ਆ ਯਾਨੀ ਕਿ ਪਿੰਡੋਂ ਵੀ ਜਾ ਚੁੱਕੀ ਹੈ ਜੇ ਘਰੋਂ ਗਈ ਤਾਂ ਮੈਂ ਕਿਹਾ ਜੀ ਫੋਨ ਨੰਬਰ ਫੋਨ ਸਾਡੀ ਬੇਬੇ ਰੱਖਦੀ ਨਹੀਂ ਸਾਡੀ ਬੇਬੇ ਨੂੰ ਮੋਬਾਈਲ ਫੋਨ ਵਰਤਣਾ ਆਉਂਦਾ ਨਹੀਂ ਬੜੇ ਹੈਰਾਨ ਹੋਏ ਖਰ ਅਗਲੇ ਦਿਨ ਫਿਰ ਅਸੀਂ ਰੁਖ ਕੀਤਾ ਸਬ ਇਨਸਪੈਕਟਰ ਇਨਵੈਸਟੀਗੇਟਿੰਗ ਆਫੀਸਰ ਬਲਜੀਤ ਸਿੰਘ ਦਾ ਪਨਾ ਥਾਣੇ ਗਏ ਉਹ ਘਰ ਜਾ ਚੁੱਕੇ ਸੀ ਤੇ ਫਿਰ ਅਗਲੇ ਦਿਨ ਸਾਡੀ ਉਹਨਾਂ ਨਾਲ ਅਦਾਲਤ ਦੇ ਵਿੱਚ ਕਪੂਰਥਲੇ ਮੁਲਾਕਾਤ ਹੁੰਦੀ ਆ ਅਸੀਂ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਸਾਨੂੰ ਕੁਝ ਵਿਸਤਾਰ ਦੇ ਦਿਓ ਤੁਸੀਂ ਦੱਸੋ ਤੁਸੀਂ ਕੋਖ ਕੀਤੀ ਸੀ ਪਿੰਡ ਜਾ ਕੇ ਕਿਸੇ ਲੋਕਾਂ ਨੂੰ ਤੁਸੀਂ ਮਿਲੇ ਸੀ ਐਸੇ ਪਾਸੇ ਬਿਆਨ ਦਰਜ ਕੀਤੇ ਸੀ ਕਿ ਕੀ ਰਣਜੀਤ ਕੌਰ ਦਾ ਬਿਆਨ ਸੱਚ ਹੈ ਵਾਕਿਆ ਹੀ ਦੋ ਬੰਦੇ ਨਕਾਬਪੋਸ਼ ਉੱਥੇ ਆਏ ਸੀ ਜਾਂ ਨਹੀਂ ਆਏ ਸੀ ਸਾਡੀ ਜਾਣਕਾਰੀ ਦਾ ਕਹਿੰਦੇ ਉੱਥੇ ਆਇਆ ਹੀ ਕੋਈ ਨਹੀਂ ਰਾਣੀ ਕੌਰ ਕਹਿੰਦੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਤੇ ਨਾਲ ਫਿਰ ਜਿਹੜੇ ਹੋਰ ਗਵਾਂਢੀਆ ਬਲਵੀਰ ਕੌਰ ਉਹਨਾਂ ਨੂੰ ਵੀ ਪਤਾ ਨਹੀਂ ਤਾਂ ਫਿਰ ਤੁਸੀਂ ਲਿਖ ਕਿਵੇਂ ਦਿੱਤਾ ਕਿ ਇਹ ਸ਼ਿਕਾਇਤ ਸੱਚੀ ਆ ਫਿਰ ਆਈਓ ਸਾਹਿਬ ਕਹਿੰਦੇ ਜੀ ਮੈਂ ਪ੍ਰੈਸ ਨਾਲ ਗੱਲ ਕਰਨੀ ਨਹੀਂ ਸਾਡੀ ਜਿਹੜੀ ਜਾਂਚ ਹੈ ਬਿਲਕੁਲ ਸਾਫ਼ ਸੱਚੀ ਤੇ ਸੁੱਚੀ ਆ ਮੈਂ ਪਰਚਾ ਬਿਲਕੁਲ ਠੀਕ ਰਿਕਮੈਂਡ ਕੀਤਾ ਤੇ ਐਸਐਸਪੀ ਮੈਡਮ ਦੇ ਹੁਕਮਾਂ ਤੇ ਪਰਚਾ ਦਰਜ ਹੋਇਆ ਤੁਸੀਂ ਜੇ ਬਹੁਤੀ ਗੱਲ ਕਰਨੀ ਹੈ ਸੀਨੀਅਰ ਅਫਸਰਾਂ ਨਾਲ ਕਰੋ ਐਸਐਸਪੀ ਮੈਡਮ ਨਾਲ ਗੱਲ ਕਰੋ ਹਰ ਉਦੋਂ ਬਾਅਦ ਫਿਰ ਪੰਜਾਬ ਦਸਤਾਵੇਜ਼ ਦੀ ਟੀਮ ਨੇ ਰੁਕ ਕੀਤਾ ਐਸਐਸਪੀ ਮੈਡਮ ਦੇ ਦਫ਼ਤਰਵਾਲ ਜਿੰਨਾ ਦਾ ਨਾਂ ਹੈਗਾ ਵਤਸਲ ਗੁਪਤਾ ਸਭ ਤੋਂ ਪਹਿਲਾਂ ਤਾਂ ਅਸੀਂ ਐਸਐਸਪੀ ਮੈਡਮ ਦਾ ਧੰਨਵਾਦ ਕਰਨਾ ਚਾਹੁੰਦੇ ਆ ਸਾਡੀ ਉਹਨਾਂ ਨਾਲ ਗੱਲਬਾਤ ਬੜੇ ਸੁਖਾਵੇਂ ਮਾਹੌਲ 'ਚ ਚਾਹ ਦੇ ਕੱਪ ਤੇ ਨਾਲ ਕਾਜੂ, ਬਰਫੀ, ਪਕੌੜੇ, ਢੋਕਲਾ ਆਦ ਦੇ ਨਾਲ ਹੋਇਆ ਬਹੁਤ ਹੀ ਮਜ਼ਾ ਸਾਨੂੰ ਉਸ ਮੁਲਾਕਾਤ ਦੇ ਵਿੱਚ ਆ ਸਾਨੂੰ ਐਸਐਸਪੀ ਮੈਡਮ ਅਪੀਅਰ ਟੂ ਬੀ ਅ ਵੈਰੀ ਗੁੱਡ ਆਫਿਸਰ ਥਰ ਉਸ ਤੋਂ ਬਾਅਦ ਫਿਰ ਅਸੀਂ ਸਬਸਟੈਂਸ਼ੀਅਲ ਕੁਐਸਚਨ ਤੇ ਆਏ ਅਸੀਂ ਜੋ ਮੁੱਦਾ ਲੈ ਕੇ ਤੁਰੇ ਸੀ ਕੋਕਰਨ ਉਹਦੇ ਤੇ ਆਏ ਅਸੀਂ ਜੋ ਸਵਾਲ ਮੈਡਮ ਨੂੰ ਪੁੱਛੇ ਤੇ ਜੋ ਜਵਾਬ ਮੈਡਮ ਨੇ ਸਾਾਨੂੰ ਦੱਸੇ ਦਿੱਤੇ ਉਹ ਤੁਹਾਨੂੰ ਸੁਣਾਉਂਦੇ ਆਂ ਸਾਡਾ ਪਹਿਲਾ ਸਵਾਲ ਸੀ ਮੈਡਮ ਇਹ ਦੱਸੋ ਜਦੋਂ ਤੁਸੀਂ ਇਹ ਪਰਚਾ ਦਰਜ ਕੀਤਾ ਕਿ 15 ਤਰੀਕ ਨੂੰ ਦੋ ਨਕਾਬਪੋਸ਼ ਬੰਦੇ ਆਏ ਰਜੀਤ ਕੌਰ ਦੇ ਘਰੇ ਧਮਕੀ ਦਿੱਤੀ ਕਿ ਤੂੰ ਸਟੇਟਮੈਂਟ ਭਾਈ ਕਸ਼ਮੀਰ ਕੌਰ ਕਸ਼ਮੀਰ ਸਿੰਘ ਤੋਂ ਵਾਪਸ ਕਰਾ ਕੀ ਤੁਹਾਨੂੰ ਪਤਾ ਸੀ ਕਿ ਉਸ ਦਿਨ ਕਸ਼ਮੀਰ ਸਿੰਘ ਨੇ ਕੋਈ ਬਿਆਨ ਅਦਾਲਤ ਦੇ ਵਿੱਚ ਦਰਜੀ ਨਹੀਂ ਸੀ ਕਰਾਇਆ ਰੰਜੀ ਆ ਰੰਜੀਤ ਕੌਰ ਦਾ ਹਸਬੰਡ ਕਸ਼ਮੀਰ ਸਿੰਘ ਆਪਣਾ ਬਿਆਨ ਐਫ ਆਈ ਆਰ ਨੰਬਰ 35 ਪੁਲਿਸ ਸਟੇਸ਼ਨ ਜਲਾਲਾਬਾਦ ਦੇ ਸਬੰਧ ਦੇ ਵਿੱਚ ਅਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰਟ ਜਗਮੋਹਨ ਸਿੰਘ ਸਾੰਗੀ ਦੀ ਅਦਾਲਤ ਦੇ ਵਿੱਚ ਬਿਆਨ ਦਰਜ ਕਰਾਉਂਦਾ 30 10 23 ਯਾਨੀ ਕਿ ਅਕਤੂਬਰ 3 ਤੇ 15 ਤਰੀਕ ਨੂੰ ਦੋ ਨਕਾਬ ਪੋਸ਼ ਬੰਦੇ ਆਉਂਦੇ ਆ ਤੇ ਉਹ ਰਣਜੀਤ ਕੌਰ ਨੂੰ ਧਮਕੀ ਦਿੰਦੇ ਆ ਕਿ ਆਪਦੇ ਘਰ ਵਾਲੇ ਨੂੰ ਕਹਿ ਬਿਆਨ ਵਾਪਸ ਲੈ ਲੇ ਤੇ ਫਿਰ 22 ਤਰੀਕ ਨੂੰ ਟੈਲੀਫੋਨ ਕਰਦੇ ਆ ਕਿ ਬਿਆਨ ਵਾਪਸ ਜੇ ਨਾ ਲਿਆ ਤੇ ਪਰਿਵਾਰ ਨੂੰ ਮਾਰ ਦੇਾਂਗੇ ਖੈਰ ਉਸ ਦਿਨ ਪਰਚਾ ਜਿਹੜਾ ਬਿਆਨ ਸੀ ਉਹ ਤਾਂ ਦਰਜ ਹੀ ਨਹੀਂ ਹੋਇਆ ਸੀ ਹਾਊ ਕਾਮ ਇਟ ਹੈਪਨਡ ਦੇਖ ਕਿਵੇਂ ਹੋਇਆ ਕਿ ਆਈਓ ਬਲਜੀਤ ਸਿੰਘ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਿਆ ਤੇ ਉਹਨੇ ਪਰਚਾ ਦਰਜ ਕਰਨ ਦੀ ਰეკਮੈਂਡੇਸ਼ਨ ਦੇਤੀ ਤੇ ਤੁਸੀਂ ਆਗਿਆ ਦੇ ਦਿੱਤੀ। ਫਿਰ ਮੈਡਮ ਨੇ ਕਿਹਾ ਕਿ ਇਸ ਬਾਰੇ ਜ਼ਿਆਦਾ ਬਿਹਤਰ ਰਣਜੀਤ ਕੌਰ ਦੱਸੇਗੀ। ਸਾਡੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਇਨਵੈਸਟੀਗੇਸ਼ਨ ਫਾਈਨਲ ਹਜੇ ਹੋਈ ਨਹੀਂ ਤੇ ਹੋ ਸਕਦਾ ਹੈ ਕਈ ਉਤਾਪ ਚੜਾਵ ਇਸ ਇਨਵੈਸਟੀਗੇਸ਼ਨ 'ਚ ਅੱਗੇ ਆਉਣ। ਇਹ ਉਹਨਾਂ ਦਾ ਜਵਾਬ ਸੀ। ਫਿਰ ਅਸੀਂ ਪੁੱਛਿਆ ਮੈਡਮ ਕੀ ਤੁਹਾਡੇ ਇਨਵੈਸਟੀਗੇਟਿੰਗ ਆਫਿਸਰ ਨੇ ਪਿੰਡ ਡੋਗਰਾਵਾਲਾ ਦਾ ਦੌਰਾ ਕੀਤਾ ਕੀ ਉਹਨੇ ਜਾ ਕੇ ਆਂਡੀਆਂ ਗਵਾਂਡੀਆਂ ਤੋਂ ਪੁੱਛਿਆ ਕੀ ਉਹਨੇ ਸਟੇਟਮੈਂਟਸ ਉਹਨਾਂ ਦੀਆਂ ਰਿਕਾਰਡ ਕੀਤੀਆਂ ਕਹਿੰਦੀ ਇਹ ਆਈਓ ਨੂੰ ਪਤਾ ਹੋਏਗਾ ਉਹਨੂੰ ਜਾਣਾ ਚਾਹੀਦਾ ਸੀ ਜ਼ਰੂਰ ਗਿਆ ਹੋਣਾ ਹਰ ਸਾਡੀ ਜਾਣਕਾਰੀ ਅਸੀਂ ਮੈਡਮ ਨੂੰ ਦੱਸਿਆ ਕਿ ਇਹ ਆ ਕਿ ਬਲਜੀਤ ਸਿੰਘ ਥਾਣੇ ਦਾ ਜਿਹੜਾ ਸਬ ਇਨਸਪੈਕਟਰ ਆ ਉਹ ਪਿੰਡ ਦੇ ਵਿੱਚ ਗਿਆ ਹੀ ਨਹੀਂ ਤੇ ਇਹ ਜਿਹੜਾ ਪਰਚਾ ਦਰਜ ਹੋਇਆ 10 ਵਜੇ ਸਵੇਰੇ 4/1/24 ਨੂੰ ਉਸ ਦਿਨ ਦੋ ਡੀਐਸਪੀ ਕਪੂਰਥਾ ਦਾ ਪੁਲਿਸ ਦੇ ਪੁਲਿਸ ਸਟੇਸ਼ਨ ਸੁਬਾਨਪੁਰ ਦੇ ਵਿੱਚ ਤਾਇਨਾਤ ਰਹੇ ਬੈਠੇ ਰਹੇ ਪਰਚਾ ਦਰਜ ਕਰਾ ਕੇ ਉੱਠੇ ਤੇ ਫਿਰ ਤੁਹਾਨੂੰ ਇਹ ਵੀ ਦੱਸ ਦਈਏ ਮੈਡਮ ਕਿ ਸਾਨੂੰ ਜਾਣਕਾਰੀ ਮਿਲੀ ਆ ਕੁਝ ਪੰਚਾਇਤ ਮੈਂਬਰਾਂ ਦੇ ਹਵਾਲੇ ਨਾਲ ਕਿ ਬਲਜੀਤ ਸਿੰਘ ਕਹਿੰਦਾ ਭਾਵੇਂ ਇਨਫੋਰਮਲੀ ਗੱਲਬਾਤ ਯਾਰੀ ਦੋਸਤੀ ਚ ਕੀਤੀ ਆ ਉਹਨੇ ਕਿ ਜੀ ਸਰਕਾਰਾਂ ਬਹੁਤ ਕੁਸ਼ ਕਰਾ ਦਿੰਦੀਆਂ ਮੈਂ ਤਾਂ ਚੀਜ਼ ਹੀ ਕੀਆਂ ਮੈਂ ਤਾਂ ਚੀਜ਼ ਹੀ ਕੀਆਂ ਸਰਕਾਰਾਂ ਬਹੁਤ ਕੁਸ਼ ਕਰਾ ਦਿੰਦੀਆਂ ਤੇ ਜੇ ਨਾ ਕਰਦਾ ਮੈਂ ਤਾਂ ਵੀ ਮਰਦਾ ਸੀ ਖੈਰ ਇਹ ਬਿਆਨ ਉਹਨੇ ਇੱਕ ਪੰਚਾਇਤ ਮੈਂਬਰ ਨੂੰ ਦਿੱਤਾ ਜਿਹੜਾ ਸਾਡੇ ਤੱਕ ਪਹੁੰਚਿਆ ਖੈਰ ਮਰਨੇ ਕਿਹਾ ਦਿਸ ਇਜ਼ ਰੋਂਗ ਸਾਡੇ ਤੇ ਕੋਈ ਸਿਆਸੀ ਦਬਾਅ ਨਹੀਂ ਹੈਗਾ ਅਸੀਂ ਕਿਸੇ ਵੀ ਪੋਲਿਟੀਕਲ ਇਨਫਲੂਐਂਸ ਥੱਲੇ ਕੰਮ ਨਹੀਂ ਕਰਦੇ ਸਾਨੂੰ ਯੂਪੀਐਸਸੀ ਦੇ ਵਿੱਚ ਦਲੀਲ ਨਾਲ ਕੰਮ ਕਰਨ ਦਾ ਇਸ ਖਾਇਆ ਜਾਂਦਾ ਹੈ ਅਸੀਂ ਜਨਤਾ ਦੀ ਸਰਵਿਸ ਦੇ ਵਾਸਤੇ ਜੌਬ ਕਰਦੇ ਆ ਨੌਕਰੀਆਂ ਪੋਸਟਿੰਗਸ ਆਉਂਦੀਆਂ ਜਾਂਦੀਆਂ ਰਹਿੰਦੀਆਂ that is not important ਮੈਡਮ ਨੇ ਕਿਹਾ ਅਸੀਂ ਲਾਜਿਕ ਦੇ ਨਾਲ ਚੱਲਦੇ ਆ ਫਿਰ ਅੱਗੇ ਹੁਣੇ ਅਗਲੇ ਦਿਨ ਅਸੀਂ ਇੱਕ ਵਾਰੀ ਫੇਰ ਪਿੰਡ ਡੋਗਰਾਵਾਲਾ ਦਾ ਦੌਰਾ ਕੀਤਾ ਕਿਉਂਕਿ ਸਾਨੂੰ ਇਹ ਸੂਚਨਾ ਮਿਲੀ ਹੋ ਸਕਦਾ ਅੱਜ ਰਣਜੀਤ ਕੌਰ ਆਪਣੇ ਘਰੇ ਵਾਪਸ ਆ ਗਈ ਹੋਵੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਰਣਜੀਤ ਕੌਰ ਦਾ ਇੱਕ ਹੋਰ ਟਿਕਾਣਾ ਕਰਤਾਰਪੁਰ ਪਿੰਡ 'ਚ ਹੈ ਜਿਹੜਾ ਡੋਗਰਾਵਾਂ ਵਾਲੇ ਪਿੰਡ ਤੋਂ ਕੋਈ 10-15 ਕਿਲੋਮੀਟਰ ਦੂਰ ਆ ਅਸੀਂ ਉੱਥੇ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਖੈਰ ਉੱਥੇ ਸੰਧ ਜਾਣ ਦੀ ਲੋੜ ਨਹੀਂ ਪਈ ਕਿਉਂਕਿ ਸਾਡਾ ਸੰਪਰਕ ਕਰਤਾਰਪੁਰ ਪਿੰਡ ਦੇ ਇੱਕ ਵਿਅਕਤੀ ਨਾਲ ਹੋ ਗਿਆ ਉਹਨੇ ਉਸ ਘਰ ਦਾ ਦੌਰਾ ਕਰਕੇ ਦੱਸਿਆ ਕਿ ਇੱਥੇ ਤਾਂ ਜੀ ਤਾਲਾ ਲੱਗਿਆ ਹੋਇਆ ਡੋਗਰਾਵਾਂ ਵਾਲਾ ਪਿੰਡ ਦੇ ਇੱਕ ਵਾਸੀ ਨੇ ਸਾਨੂੰ ਦੱਸਿਆ ਕਿ ਇਸ ਪਿੰਡ ਦੇ ਵਿੱਚ ਮжоਰਿਟੀ ਰਾਏ ਸਿੱਖਾਂ ਦੀ ਆ ਇਹਨਾਂ ਦੇ ਤਿੰਨ ਘਰ ਛੱਡ ਕੇ ਰਾਏ ਸਿੱਖਾਂ ਦੇ ਬਹੁਤੇ ਜਿਹੜੇ ਘਰ ਹੈਗੇ ਆ ਉਹ ਇਹੋ ਜੇ ਕੰਮ ਕਰਦੇ ਆ ਜਿਨ੍ਹਾਂ ਦੀ ਕਾਨੂੰਨ ਆਗਿਆ ਨਹੀਂ ਦਿੰਦਾ ਇਹਨਾਂ ਕੋਲ ਜ਼ਮੀਨ ਦਾ ਮਰਲਾ ਹੈ ਨਹੀਂ ਪਰ ਸਭ ਨੇ ਕੋਠੀਆਂ ਪਾਈਆਂ ਸੋਹਣੀਆਂ ਏਸੀ ਲੱਗੇ ਆ ਤੇ ਚੰਗੇ ਖਾਂਦੇ ਪਿੰਦੇ ਇਹ ਪਰਿਵਾਰ ਨੇ ਸਾਨੂੰ ਇੱਕ ਪੰਚਾਇਤ ਮੈਂਬਰ ਨੇ ਇਹ ਦੱਸਿਆ ਕਿ ਅਕਸਰ ਇੱਥੇ ਝਗੜੇ ਹੁੰਦੇ ਆ ਅਕਸਰ ਇੱਥੇ ਪੁਲਿਸ ਆਉਂਦੀ ਆ ਸਾਡੇ ਪਿੰਡ ਦੇ ਵਿੱਚ ਚਿਸ਼ਟਾ ਆਮ ਵਿਕਦਾ ਹੈ ਮਿਲਦਾ ਹੈ ਲੋਕ ਪੀਂਦੇ ਆ ਵੇਚਦੇ ਵੀ ਆ ਸਪਲਾਈ ਵੀ ਹੁੰਦੀ ਆ ਪਰ ਪੁਲਿਸ ਦਾ ਇੱਥੇ ਕੰਟਰੋਲ ਨਹੀਂ ਹੈਗਾ ਪੰਚਾਇਤ ਮੈਂਬਰ ਨੇ ਸਾਨੂੰ ਦੱਸਿਆ ਇਸੇ ਪੰਚਾਇਤ ਮੈਂਬਰ ਨੇ ਸਾਨੂੰ ਇਹ ਵੀ ਦੱਸਿਆ ਕਿ ਸੁਖਪਾਲ ਖੈਰਾ ਨਸ਼ੇ ਦਾ ਵਪਾਰੀ ਨਹੀਂ ਇਹ ਸਿਰ ਸਿਆਸੀ ਕਿੜ ਕੱਢਣ ਵਾਸਤੇ ਕੰਮ ਚੱਲ ਰਿਹਾ ਹੈ ਬੈਨਾ ਉਹਦੇ ਪਿੱਛੇ ਬਾਦਲ ਪਏ ਰਹੇ ਫਿਰ ਉਦੋਂ ਬਾਅਦ ਕੈਪਟਨ ਨੇ ਵੀ ਕੁਝ ਨਹੀਂ ਕੀਤਾ ਉਹ ਵੀ ਖਾਰ ਖਾਂਦਾ ਸੀ ਤੇ ਆ ਹੁਣ ਨਵਾਂ ਕੰਮ ਨਵੀਂ ਸਰਕਾਰ ਨੇ ਭਗਵਾਨ ਤਮਨ ਦੀ ਸਰਕਾਰ ਨੇ ਸ਼ੁਰੂ ਕਰਤਾ ਇਸ ਕਿਸਮ ਦੀ ਗੱਲ ਪੰਚਾਇਤ ਮੈਂਬਰ ਨੇ ਸਾਨੂੰ ਦੱਸੀ ਐਸੇ ਦਿਨ ਯਾਨੀ ਕਿ ਅਗਲੇ ਦਿਨ ਅਸੀਂ ਕਸ਼ਮੀਰ ਸਿੰਘ ਦੇ ਪਿਤਾ ਜਰਨੈਲ ਸਿੰਘ ਯਾਨੀ ਕਿ ਰਣਜੀਤ ਕੌਰ ਦੇ ਸਹੁਰੇ ਨੂੰ ਮਿਲੇ ਬਜ਼ੁਰਗ ਆਦਮੀ ਉਹਨਾਂ ਦੀ ਵੀਡੀਓ ਰਿਕਾਰਡਿੰਗ ਹੁਣੇ ਤੁਹਾਨੂੰ ਦਿਖਾਉਨੇ ਆ ਉਹਨਾਂ ਨੇ ਜਿਹੜਾ ਗੱਲਾਂ ਕਹੀਆਂ ਉਹ ਮੁੱਖ ਤੌਰ ਤੇ ਇਹ ਸੀ ਕਿ ਮੈਨੂੰ ਪੁੱਛਦਾ ਹੀ ਕੋਈ ਨਹੀਂ ਮੈਂ ਤਾਂ ਹਸਪਤਾਲ ਤੋਂ ਆਇਆ ਤੇ ਮੈਨੂੰ ਪਤਾ ਨਹੀਂ ਗਈ ਕਿੱਥੇ ਆ ਰਣਜੀਤ ਕੌਰ ਕਿੱਥੇ ਗਈ ਆ ਮੈਨੂੰ ਪਤਾ ਨਹੀਂ ਤੇ ਮੈਂ ਜਦੋਂ ਪੁੱਛਿਆ ਕਿ ਸੋਨੇ ਦੀ ਬਿਸਕਟ ਵਾਲਾ ਕੀ ਚੱਕਰ ਆ ਉਹ ਕਹਿੰਦੇ ਜੀ ਕਿਹੜਾ ਸੋਨੇ ਦਾ ਬਿਸਕਟਾ ਸੀ ਤੇ ਕਦੇ ਸੁਣਿਆ ਨਹੀਂ ਨਾ ਅਸੀਂ ਦੇਖਿਆ ਸਾਾਨੂੰ ਤਾਂ ਖਾਣ ਵਾਲੇ ਬਿਸਟਾਂ ਦਾ ਪਤਾ ਹੈ ਸੋਨੇ ਦੇ ਬਿਸਕਟ ਦੀ ਸਾਡੇ ਘਰੇ ਕਦੇ ਗੱਲਬਾਤ ਹੋਈ ਹੀ ਨਹੀਂ ਖैर ਆਓ ਇਹ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਦੇ ਕੁਝ ਅੰਸ਼ ਤੁਸੀਂ ਦੇਖੋ 15 ਦਸੰਬਰ 2023 ਨੂੰ ਕਹਿੰਦੇ ਬੰਦੇ ਆਏ ਖੈਰੇ ਦੇ ਭਿਜੇ ਦੋ ਬੰਦੇ ਪਿਸਤੌਲ ਲੈ ਕੇ ਕੀ ਲੈ ਗਏ ਪਿਸਤੌਲ ਉਹ ਕੌਣ ਆਏ ਨੇ ਦੋ ਬੰਦੇ ਆਏ ਅਣਪਛਾਤੇ ਕਦੇ ਕਿਨੇ ਨੇ ਖੈਰੇ ਮੈਂ ਅੱ체 ਆਇਆ ਇੱਥੇ ਆਇਆ ਕੋਈ ਆਇਆ ਕੋਈ ਨਹੀਂ ਐਵੇਂ ਦਿਖਾਤਾ ਥੋੜੀ ਨੂੰ ਨਾ ਨਾ ਪੜਾ ਨਹੀਂ ਲਗਾਇਆ ਆਵੇ ਨਹੀਂ ਵਾਧੂ ਪੁਲਿਸ ਵੀ ਤਾਂ ਗਿਆ ਦੇਂਦੀ ਕਿਸੀ ਆ ਗਿਆ ਪੁਲਿਸ ਹੀ ਚੜਕੇ ਨਹੀਂ ਹਾਂ ਮੈਂ ਮੈਂ ਉਹ ਦਿਖਾ ਰਿਹਾ ਮੈਂ ਉਹ ਕਰਦੇ ਨੇ ਮਾ ਪੁਲਿਸਾਂ ਤਾਂ ਗੀਂਦ ਵਿੱਚ ਸੀ ਕਿਉਂ ਐਵੇਂ ਹੀ ਬੱਸ ਇਹ ਚਲਦੀ ਹੁੰਦੀ ਜੇਲ੍ਹ ਕਿਉਂ ਜਾਂਦਾ ਹੋ ਬਚਰ ਬੱਸ ਜੇਲ੍ਹ ਚ ਫਿਰ ਦੁਸ਼ਮਣਾਂ ਨੇ ਕੰਮ ਕੀਤਾ ਪਾਲਤਿਆਂ ਨੇ ਨਾ ਨਾ ਲਓ ਅੱਛਾ ਗੱਲ ਸੁਣੋ ਖੇਹਰਾ ਵੇਖਦਾ ਜਿੱਤੋ ਕਿਤਾਬ ਹੋਣਾ ਹੋ ਆ ਪੜ ਨਹੀਂ ਪੜਾ ਨਾ ਪਾਟੋ ਨਾ ਖੇਹਰੇ ਜਿਹਾ ਪਟਾ ਨਹੀਂ ਲਈ ਜਾ ਜਾਨੀ ਵੇਖੀ ਕੋਈ ਸਾਡਾ ਲੈਣ ਦੇ ਨਹੀਂ ਖਰੇ ਨਾਲ ਨਾ ਦੇਵੀ ਨਾਲ ਕਿਸੇ ਨਾਲ ਨਹੀਂ ਉਹ ਬਸ ਕੋਈ ਨਹੀਂ ਦਿੱਤਾ ਸੋਨੇ ਦਾ ਨਹੀਂ ਨਹੀਂ ਬਿਸਕਟ ਕਿਨੇ ਦੇਣਾ ਸੋਹਣ ਨੂੰ ਖਾਣੂ ਲੈ ਖਾਣੂ ਲੈ ਬਲੇ ਨਹੀਂ ਤੇ ਸੋਨੇ ਦਾ ਬੰਦਾ ਹੈ ਰੇ ਸੋਨਾ ਕਿੱਥੋਂ ਦਾ ਬੰਡਿਆ ਵੇ ਜਿੱਟੇ ਚਿੱਟਾ ਉਹ ਕਹਿੰਦਾ ਖੈਰਾ ਸਾਨੂੰ ਕੋਈ ਨਹੀਂ ਪਰਾ ਸਵੇਚ ਕੋਈ ਨਹੀਂ ਉਹ ਸਾਡਾ ਛਾਂ ਤੇ ਪਰਾ ਖਾਣ ਵਾਲਾ ਥਾਣੇ ਮੇਰੇ ਘਰ ਸਾਨੂੰ ਖਾਣ ਵਾਲਾ ਦਾ ਪਰਾ ਬਿਸਕਟ ਖਾਈਏ ਖਾਣ ਵਾਲੇ ਜੇ ਹੋਰ ਸਾਨੂੰ ਕੋਈ ਪਤਾ ਨਹੀਂ ਤੁਹਾਡੀ ਦੂਹਾਂ ਨੂੰ ਕਹੋ ਝੂਠ ਕੇ ਮਾਰੇ ਤੂੰ ਮੈਨੂੰ ਮੇ ਪੈਸੇ ਦੇ ਨੀ ਮੈਂ ਅੱਜ 15 ਦੇ ਨਾਲ 14 ਦੇ ਨਾਲ ਦਾਖਲ ਹੋ ਕੇ ਉੱਥੋਂ ਆਇਆ ਵਾਂ ਗਿਆਲਪੁਰੋਂ ਫਿਰ ਮੈਂ ਚਲੋ ਫਿਰ ਚੱਲੀਏ ਜੀ ਆਪਾਂ ਜੰਗਾ ਜੀ ਸਰ ਜਨਾਲ ਸਿੰਘ ਜੀ ਸਾਥੀਕਾਰ ਬਹੁਤ ਬਹੁਤ ਮਿਹਰਬਾਨੀ ਕੋਈ ਗੱਲ ਅਸ਼ੀਰਵਾਦ ਕੋਈ ਗੱਲ ਜੰਗਾ ਜੰਗਾ ਬਿਲਕੁਲ ਗਲਤ ਗੱਲ ਐਸੀ ਕੋਈ ਖੈਰੇ ਦੇ ਖਿਲਾਫ ਨਹੀਂ ਹੈ ਹੁਣ ਤੁਹਾਨੂੰ ਸੁਣਾਉਂਦੇ ਆਂ ਦੋਸਤੋ ਸੁਖਪਾਲ ਖੈਰਾ ਦਾ ਵਰਸ਼ਨ ਸੁਖਪਾਲ ਖੈਰਾ ਦਾ ਮੰਨਣਾ ਹੈ ਕਿ ਇਹ ਸਾਰਾ ਮਾਮਲਾ ਸਿਆਸੀ ਕਿੜਕੜਨ ਲਈ ਕੀਤਾ ਜਾ ਰਿਹਾ ਹੈ ਇਹ ਕੰਮ ਸ਼ੁਰੂ ਹੋਇਆ ਬਾਦਲਾਂ ਮਿਲੇ ਦੇ ਹੁਣ ਤੱਕ ਚੱਲਦਾ ਆ ਰਿਹਾ ਉਹਨਾਂ ਨੇ ਸਾਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਮੇਰੀ ਜ਼ਮਾਨਤ ਦੇ ਵਿਰੁੱਧ ਸਰ ਪੰਜਾਬ ਸਰਕਾਰ ਗਈ ਸੀ ਬਹੁਤ ਮਹਿੰਗੇ ਵਕੀਲ ਕੀਤੇ ਸੀ ਜਿਨ੍ਹਾਂ ਦੀ ਫੀਸ ਇੱਕ ਪੇਸ਼ੀ ਦੀ 20-22 ਲੱਖ ਰੁਪਿਆ ਪ੍ਰਤੀ ਅਪੀਰੈਂਸ ਹੈ ਪੂਰਾ ਜੋਰ ਲਗਿਆ ਸੀ ਕਿ ਮੇਰੀ ਜ਼ਮਾਨਤ ਰੱਦ ਹੋ ਜੇ ਰੱਦ ਹੋਈ ਨਹੀਂ ਖੈਰ ਉਹ ਦੂਜੇ ਪਾਸੇ ਸੁਪਰੀਮ ਕੋਰਟ ਨੇ ਝਾੜ ਮਾਰੀ ਹੈ ਪੰਜਾਬ ਸਰਕਾਰ ਨੂੰ ਇਸ ਕਿਸਮ ਦੀ ਗੱਲ ਸੁਖਪਾਰ ਖੈਰ ਨੇ ਸਾਨੂੰ ਦੱਸੀ ਉਹਨਾਂ ਨੇ ਕਿਹਾ ਮੇਰਾ ਦੋਸ਼ ਸਿਰਫ ਇਹਨਾ ਹੈ ਕਿ ਗੁਰਦੇਵ ਸਿੰਘ ਜਿਹੜਾ ਕਿ ਐਫ ਆਈ ਆਰ ਨੰਬਰ 35 ਪੁਲਿਸ ਸਟੇਸ਼ਨ ਜਦਾਦਾਬਾਦ 2015 ਉਹਦਾ ਮੇਰੇ ਨਾਲ ਟੈਲੀਫੋਨ ਤੇ ਗੱਲ ਹੁੰਦੀ ਸੀ ਪੁਧਾਥਾ ਹਲਕੇ ਦਾ ਉਹ ਰਹਿਣ ਵਾਲਾ ਸੀ ਮੇਰਾ ਉਹ ਕੰਸਟੀਟੂਐਂਟ ਸੀ ਵੋਟਰ ਸੀ ਉਹ ਵਿਅਕਤੀ ਐਨ ਡੀ ਪੀ ਐਸ ਕੇਸ ਦੇ ਵਿੱਚ ਫਸਿਆ ਉਹਦੇ ਨਾਲ ਹੋਰ ਲੋਕ ਵੀ ਨਾਲ ਫਸੇ ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਸੀ ਮੈਨੂੰ ਨਜਾਇਜ਼ ਤੌਰ ਤੇ ਇਸ ਸਾਰੇ ਡਰੱਗ ਮਾਮਲੇ ਦੇ ਵਿੱਚ ਲਿੰਕ ਕੀਤਾ ਜਾ ਰਿਹਾ ਹੈ ਕਿਉਂਕਿ ਮੇਰੇ ਲੋਕ ਸਿਆਸੀ ਵਿਰੋਧੀ ਨੇ ਤੇ ਉਹਨਾਂ ਕੋਲ ਇਸ ਵਕਤ ਪਾਵਰ ਹੈ ਅੱਗੇ ਉਹਨਾਂ ਨੇ ਕਿਹਾ ਪਾਵਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਿਸੇ ਦਿਨ ਸਾਡੇ ਕੋਲ ਵੀ ਪਾਵਰ ਆ ਜਾਏਗੀ ਸਾਰਿਆਂ ਨਾਲ ਫਿਰ ਮੁਖਤਤਾ ਤੌਰ ਤੇ ਗੱਲਬਾਤ ਕੀਤੀ ਜਾਏਗੀ ਨਾਓ ਆਰਥਿਕ ਸਾਡਾ ਕੀ ਮੰਦਣਾ ਕਪੂਰਥਲਾ ਪੁਲਿਸ ਦੀ ਇਨਵੈਸਟੀਗੇਸ਼ਨ ਮੇਰਾ ਮੰਨਣਾ ਮੇਰੀ ਕੋਖ ਦੱਸਦੀ ਆ ਅਨਪ੍ਰੋਫੈਸ਼ਨਲ ਮਿਸਡਾਇਰੈਕਟਡ ਅਤੇ ਮੋਟੀਵੇਟਡ ਨਜ਼ਰ ਆਉਂਦੀ ਆ ਮੁੱਖ ਤੌਰ ਤੇ ਦੋਸ਼ੀ ਗਿਣਿਆ ਜਾਏਗਾ ਸਬ ਇੰਸਪੈਕਟਰ ਜੋ ਕਿ ਆਈਓ ਆ ਬਲਜੀਤ ਸਿੰਘ ਕਿਉਂਕਿ ਐਸਐਸਪੀ ਸਾਹਿਬਾ ਕਹਿੰਦੇ ਆ ਸਾਡੇ ਤੇ ਕੋਈ ਸਿਆਸੀ ਦਬਾਅ ਨਹੀਂ ਜੇ ਸਿਆਸੀ ਦਬਾਅ ਨਹੀਂ ਤੇ ਫਿਰ ਇਹ ਕੰਮ ਕਿਨੇ ਕੀਤਾ ਇਹ ਤੁਸੀਂ ਯਾਨੀ ਕਿ ਪੁਲਿਸ ਵਾਲਿਆਂ ਨੇ ਖੁਦ ਕੀਤਾ ਪੁਆਇੰਟ ਨੰਬਰ 2 ਇੱਕ ਐਮਐਲਏ ਦਾ ਮਾਮਲਾ ਸਿਆਸੀ ਓਵਰਟੋਨਸ ਨੇ ਉਹਦੀਆਂ ਤੇ ਇਸ ਮਾਮਲੇ ਨੂੰ ਰੂਟੀਨ ਵਜੋਂ ਟ੍ਰੀਟ ਕਰਕੇ ਇੱਕ ਸਬ ਇਨਸਪੈਕਟਰ ਦੇ ਹਵਾਲੇ ਕਰ ਦਿੱਤਾ ਗਿਆ ਜਿਹਦੇ ਨਾਲ ਸਾਰਾ ਕੰਮ ਯਾਨੀ ਕਿ ਹੌਚਪੌਚ ਹੋਇਆ ਬਿਨਾ ਪ੍ਰੋਪਰ ਇਨਵੈਸਟੀਗੇਸ਼ਨ ਦੇ ਖैर ਬਿਨਾ ਪ੍ਰੋਪਰ ਇਨਕੁਆਰੀ ਇਨਵੈਸਟੀਗੇਸ਼ਨ ਹੁੰਦੀ ਹੈ ਐਫਆਈਆਰ ਤੋਂ ਬਾਅਦ ਤੇ ਉਸ ਤੋਂ ਬਿਨਾ ਇਹ ਪਰਚਾ ਦਰਜ ਕੀਤਾ ਗਿਆ ਬੰਦੇ ਦੀ ਗ੍ਰਿਫਤਾਰੀ ਕੀਤੀ ਗਈ ਹਰੈਸਮੈਂਟ ਹੋਈ ਔਰ ਹੁਣ ਸੁਖਪਾਲ ਖਹਿਰਿਆ ਨੂੰ ਹਾਈ ਕੋਰਟ ਦੇ ਵਿੱਚ ਕੁਐਸ਼ਿੰਗ ਪਾਉਣੀ ਪਈ ਆ ਸੋ ਆਈ ਊਡ ਸੇ ਇਹਦੇ ਨਾਲ ਮਤਲਬ ਇਹ ਨਿਕਲਦਾ ਕਿ ਐਸਐਸਪੀ ਮੈਡਮ ਦਾ ਸੁਪਰਵਾਈਜ਼ਰੀ ਕੰਟਰੋਲ ਜਿਹੜਾ ਹੈਗਾ ਸੁਪਰਵੀਜ਼ਨ ਜਿਹੜੀ ਹੈਗੀ ਆ ਬੈਕ ਲੈਕਸ ਸਟਰੈਂਥ ਉਹਦੇ ਵਿੱਚ ਕਮਜ਼ੋਰੀ ਆ ਪੁਆਇੰਟ ਨੰਬਰ 3 ਰঞ্জੀਤ ਕੌਰ ਦਾ ਗਾਇਬ ਹੋਣਾ ਮਿਸਿੰਗ ਹੋਣਾ ਉਹ ਪਰਿਵਾਰ ਨੇ ਹੁਣ ਤੱਕ ਪੁਲਿਸ ਕੋਲ ਰਿਪੋਰਟ ਨਹੀਂ ਕੀਤਾ ਇਸ ਦੇ ਬਾਰੇ ਵੀ ਸ਼ੰਕੇ ਖੜੇ ਹੁੰਦੇ ਆ ਕੀ ਵਾਕਿਆ ਹੀ ਉਹ ਗਾਇਬ ਆ ਜਾਂ ਖੁਦ ਪਰਿਵਾਰ ਨੇ ਗਾਇਬ ਕੀਤੀ ਹੋਈ ਆ ਤਾਂ ਕਿ ਕੋਈ ਉਹਨੂੰ ਮਿਲੇ ਨਾ ਤਾਂ ਕਿ ਕੋਈ ਉਹਨੂੰ ਸਵਾਲ ਜਵਾਬ ਕਰ ਸਕੇ ਨਾ खैर ਜੇ ਉਹ ਸੱਚੀ-ਮੁੱੱਚੀ ਮਿਸ ਹੈਗਾ ਥੈਨ ਇਟਸ ਅ ਮੈਟਰ ਆਫ ਕੰਸਰਨ ਉਹਦੀ ਭਾਲ ਹੋਣੀ ਚਾਹੀਦੀ ਆ ਤੇ ਪਰਿਵਾਰ ਨੂੰ ਤੇ ਹੋਰ ਪਿੰਡ ਵਾਲਿਆਂ ਨੂੰ ਇਹਦੇ ਬਾਰੇ ਪੁੱਛ ਗਿਚ ਇਹਦੇ ਬਾਰੇ ਕਰਨੀ ਚਾਹੀਦੀ ਆ ਸੋ ਥੈਟ ਕਿਤੇ ਕੱਲ ਨੂੰ ਜਦੋਂ ਚਲਾਨ ਪੇਸ਼ ਹੋਣਾ ਦੇ ਤੁਹਾਨੂੰ ਰੰਜੀਤ ਕੋ ਲੱਬੇ ਹੀ ਨਾ ਥਿਆਵੇ ਨਾ ਤੇ ਫਿਰ ਕੰਮ ਸਾਰਾ ਖਰਾਬ ਹੋ ਸਕਦਾ ਜੀ ਕਪੂਥਾ ਦਾ ਪੁਲਿਸ ਨੂੰ ਮੈਂ ਕਹਿਣਾ ਚਾਹੁੰਦਾ ਤੇ ਬੇਬੇ ਨੂੰ ਲੱਬਿਆ ਜਾਏ ਇਹਨਾਂ ਗੱਲਾਂ ਦੇ ਨਾਲ ਮੈਂ ਆਪਣਾ ਜਿਹੜਾ ਇਹ ਖਬਰ ਆ ਕੋਖਾ ਮੈਂ ਸਮਾਪਤ ਕਰਦਾ ਹਾਂ ਕੋਸ਼ਿਸ਼ ਇਹੀ ਸੀ ਕਿ ਨਿਰਪੱਖ ਹੋ ਕੇ ਸਾਰੀਆਂ ਸਾਈਡਸ ਦੀ ਨਾਲ ਗੱਲਬਾਤ ਕਰਕੇ ਕੌਣਤਾ ਖਬਰ ਪੁੱਛਾਈ ਜਾਏ ਮੈਂ ਕਿੰਨਾ ਕਾਮਯਾਬ ਹਾਂ ਜਾਂ ਨਹੀਂ ਹਾਂ ਇਹ ਤੁਸੀਂ ਦੱਸੋਗੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਊਜ਼ ਜ਼ਰੂਰ ਵਿਅਕਤ ਕਰਿਓ ਖੈਰ ਮੈਂ ਇੱਕ ਵਾਰੀ ਫੇਰ ਕਹਿ ਦਿਆਂ ਆਈ ਐਮ ਨੋ ਫੈਨ ਆਫ ਤਖਪਾਲ ਖੇਰਾ ਮੈਂ ਕੋਈ ਉਹਦੀ ਤਰਫਦਾਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜਿਸ ਕਿਸਮ ਦੀ ਉਹ ਸਿਆਸਤ ਜਾਂ ਪੋਲਿਟਿਕਸ ਕਰਦੇ ਆ ਮੈਂ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਐਟ ਦੀ ਸੇਮ ਟਾਈਮ ਹੀ ਇਜ਼ ਅ ਫਾਰ ਬ੍ਰਾਂਡ ਪੋਲਿਟਿਸ਼ੀਅਨ ਜੁਰਤ ਲਈ ਉਹ ਸਿਆਸਤਦਾਨ ਹਿੰਮਤ ਰੱਖਦੇ ਆ ਔਰ ਸਿੰਘ ਫਸਾਨ ਚ ਮੇਰੇ ਵਾਂਗੂ ਟਾਈਮ ਨਹੀਂ ਲਾਉਂਦੇ ਸਤਿਕਾਰ ਨਮਸਕਾਰ ਖੁਦਾਵਤ